ਪੰਜਾਬ ਵਿੱਚ ਨਸ਼ੇ ਨੂੰ ਜੜੋਂ ਖਤਮ ਕਰਨ ਦੇ ਲਈ ਲਗਾਤਾਰ ਪੰਜਾਬ ਪੁਲਿਸ ਵੱਲੋਂ ਆਪਰੇਸ਼ਨ ਚਲਾਏ ਜਾ ਰਹੇ ਹਨ। ਇਸੇ ਤਹਿਤ ਅੱਜ ਫਤਿਹਗੜ੍ਹ ਸਾਹਿਬ ਦੇ ਉਦਯੋਗਿਕ ਸ਼ਹਿਰ ਮੰਡੀ ਗੋਬਿੰਦਗੜ੍ਹ ਦੇ ਹੌਟਸਪੌਟ ਇਲਾਕਿਆਂ ਵਿੱਚ DIG ਰੋਪੜ ਰੇਂਜ ਨਲਾਮਰੀ ਜਗਦਲੇ ਦੀ ਅਗਵਾਈ ਵਿੱਚ SSP ਰਵਜੋਤ ਗਰੇਵਾਲ ਅਤੇ SP ਰਕੇਸ਼ ਯਾਦਵ ਦੀ ਨਿਗਰਾਨੀ ਵਿੱਚ ਜ਼ਿਲ੍ਹਾ ਪੁਲਿਸ ਵੱਲੋਂ ਕਾਸੋ ਆਪਰੇਸ਼ਨ ਚਲਾਇਆ ਗਿਆ। ਇਸ ਮੌਕੇ 'ਤੇ ਨਸ਼ਾ ਤਸਕਰੀ ਕਰਨ ਵਾਲੇ ਅਤੇ 26 ਲੋਕਾਂ ਦੇ ਘਰਾਂ ਦੀ ਚੈਕਿੰਗ ਕੀਤੀ ਗਈ। ਜਿੱਥੇ ਤੁਸੀਂ ਸਾਰੇ ਜਾਣਦੇ ਹੋ ਮਾਨਯੋਗ DGP ਪੰਜਾਬ ਦੇ ਗਾਈਡਲਾਈਨਸ ਦੇ ਮੁਤਾਬਿਕ ਅਸੀਂ ਪੂਰੇ ਪੰਜਾਬ ਦੇ ਵਿੱਚ ਡਰੱਗਸ ਦੇ ਖਿਲਾਫ ਇਹ ਸਪੈਸ਼ਲ ਮੁਹਿੰਮ ਛੇੜੀ ਹੋਈ ਹੈ, ਜਿਹਦੇ ਮੁਤਾਬਿਕ ਅਸੀਂ ਡਰੱਗਸ ਦੇ ਕੋਹੜ ਨੂੰ ਪੰਜਾਬ 'ਚੋਂ ਜੜੋਂ ਖਤਮ ਕਰਨਾ ਹੈਗਾ। ਇਹ ਸਾਡਾ ਰਿਜ਼ੋਲਵ ਹੈ। ਉਸ ਰਿਜ਼ੋਲਵ ਦੇ ਤਹਿਤ ਅੱਜ ਵੱਖੋ ਵੱਖਰੇ ਜ਼ਿਲ੍ਹਿਆਂ ਦੇ ਵਿੱਚ ਇਹ ਕਾਸੋ ਮੁਹਿੰਮ ਅਸੀਂ ਛੇੜੀ ਹੋਈ ਹੈ। ਜਿਹੜੇ ਡਰੱਗਸ ਦੇ ਹੌਟਸਪੌਟ ਹੈਗੇ ਉਹਨਾਂ ਦੀ ਘੇਰਾਬੰਦੀ ਅੱਜ ਕੀਤੀ ਹੋਈ ਹੈ, ਔਰ ਘੇਰਾਬੰਦੀ ਕਰਕੇ ਸੀਨੀਅਰ ਆਫਿਸਰ ਸਾਰੇ ਇੱਥੇ ਫੀਲਡ ਦੇ ਵਿੱਚ ਉਤਰੇ ਹੋਏ ਹੈ, ਔਰ ਜਿਹੜੇ ਇਹ ਹੌਟਸਪੌਟਸ ਹੈਗੇ ਉਹਨਾਂ ਦੀ ਅੱਜ ਖਾਸ ਚੈਕਿੰਗ GOs ਦੇ ਅੰਡਰ ਟੀਮਸ ਲਗਾ ਕੇ ਆਪਾਂ ਕੀਤੀ ਹੋਈ ਹੈ। ਇੱਥੇ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਦੇ ਅੰਡਰ ਹੀ ਹੈ ਜਿਹੜਾ ਮੰਡੀ ਗੋਬਿੰਦਗੜ੍ਹ ਏਰੀਆ ਹੈਗਾ, ਉੱਥੋਂ ਦੇ ਸੰਤ ਨਗਰ ਏਰੀਆ ਦੀ ਕੈਸੋ ਓਪਰੇਸ਼ਨ ਹੁਣ ਖਤਮ ਹੋਈ ਹੈ, ਅਤੇ ਇਸ ਤੋਂ ਇਲਾਵਾ ਟੋਟਲ 4 ਹੌਟਸਪੌਟਸ ਜਿਹੜੇ ਹੈਗੇ ਬੱਸੀ ਪਠਾਣਾ ਏਰੀਆ ਅਤੇ ਮੰਡੀ ਗੋਬਿੰਦ ਏਰੀਆ ਦੇ ਵਿੱਚ ਇੱਥੇ ਕੀਤੇ ਗਏ ਹੈ। ਉਹਦੇ ਵਿੱਚ 4 FIRs ਅੱਜ ਦਰਜ ਹੋਈ ਹੈ, 5 ਅਕਿਊਸ ਪਰਸਨਸ ਅਰੈਸਟ ਹੋਏ ਹੈ। ਇਹਦੇ ਵਿੱਚ 500 ਤੋਂ ਵੱਧ ਨਸ਼ੀਲੀਆਂ ਗੋਲੀਆਂ ਇੰਜੈਕਸ਼ਨਸ ਅਤੇ ਕੁਛ ਰਿਕਵਰੀ ਹੈਰੋਇਨ ਦੀ ਵੀ ਹੈਗੀ ਹੈ, 15 ਗ੍ਰਾਮ ਹੈਰੋਇਨ ਅਤੇ 1.25 ਲੱਖ ਰੁਪਏ ਦੀ ਡਰੱਗ ਮਨੀ ਦੀ ਵੀ ਰਿਕਵਰੀ ਹੋਈ ਹੈ ਅੱਜ। ਇਸ ਤੋਂ ਇਲਾਵਾ ਮੈਂ ਆਪ ਜੀ ਨੂੰ ਸਾਰਿਆਂ ਨੂੰ ਦੱਸਣਾ ਚਾਹੁੰਦੀ ਹਾਂ ਕਿ ਇਹ ਮੁਹਿੰਮ ਸਾਡੀ ਪਿਛਲੇ 5 ਦਿਨਾਂ ਤੋਂ ਚੱਲ ਰਹੀ ਹੈ, ਲਗਾਤਾਰ ਚੱਲ ਰਹੀ ਹੈ ਅਤੇ ਅੱਗੇ ਵੀ ਲਗਾਤਾਰ ਚੱਲਦੀ ਰਹੂਗੀ ਜਦ ਤੱਕ ਇਹ ਨਸ਼ਿਆਂ ਦੀ ਜਿਹੜੀ ਬਿਮਾਰੀ ਹੈਗੀ ਹੈ ਪੂਰੀ ਤਰੀਕੇ ਨਾਲ ਖਤਮ ਨਹੀਂ ਹੋ ਜਾਂਦੀ ਹੈ ਉਦੋਂ ਤੱਕ। ਇਸ ਤੋਂ ਇਲਾਵਾ ਅਸੀਂ ਜਿਹੜੇ ਕਮਰਸ਼ੀਅਲ ਕੁਆਂਟਿਟੀ ਦੇ ਵਿੱਚ ਡਰੱਗ ਸਪਲਾਈ ਕਰਦੇ ਵੱਡੇ ਲੈਵਲ ਦੇ ਡਰੱਗ ਸਪਲਾਇਰ ਹੈਗੇ, ਉਹਨਾਂ ਦੀ ਪ੍ਰੋਪਰਟੀਜ਼ ਵੀ ਜ਼ਬਤ ਕਰਵਾ ਚੁੱਕੇ ਹੈ ਅਤੇ ਕਰਵਾਵਾਂਗੇ, ਅੱਗੇ ਵੀ ਕਰਾਵਾਂਗੇ। ਪਿਛਲੇ 10 ਸਾਲਾਂ ਦੇ ਵਿੱਚ ਰੋਪੜ ਰੇਂਜ ਦੇ ਵਿੱਚ, ਜਿਹਦੇ ਵਿੱਚ 3 ਜ਼ਿਲ੍ਹੇ ਆਉਂਦੇ ਆ, ਰੋਪੜ, ਫਤਿਹਗੜ੍ਹ ਸਾਹਿਬ ਅਤੇ ਮੋਹਾਲੀ, ਇਹਦੇ ਵਿੱਚ ਅਸੀਂ ਟੋਟਲ 32 ਡਰੱਗ ਸਮਗਲਰਸ ਜਿਹੜੇ ਕਮਰਸ਼ੀਅਲ ਲੈਵਲ 'ਤੇ ਵੱਡੇ ਲੈਵਲ 'ਤੇ ਡਰੱਗ ਸਪਲਾਈ ਕਰ ਰਹੇ ਸੀਗੇ, ਉਹਨਾਂ ਦੀ ਪ੍ਰੋਪਰਟੀ ਅਸੀਂ ਫਰੀਜ਼ ਜਾਂ ਜ਼ਬਤ ਕਰਵਾ ਚੁੱਕੇ ਹੈ, ਔਰ ਉਹਦੀ ਵੈਲਿਊ ਜਿਹੜੀ ਹੈਗੀ ਉਹ ਕਰੀਬ 27 ਕਰੋੜ ਰੁਪਏ ਦੀ ਹੈਗੀ ਹੈ। ਹਾਂ, ਤੁਸੀਂ ਬਹੁਤ ਵਧੀਆ ਸਵਾਲ ਚੁੱਕਿਆ ਹੈਗਾ। ਇਹ ਸਿਰਫ ਇਨਫੋਰਸਮੈਂਟ ਤੱਕ ਸਾਡੇ ਐਫਰਟਸ ਸੀਮਿਤ ਨਹੀਂ ਹੈਗੇ ਹੈ, ਇਨਫੋਰਸਮੈਂਟ ਦੇ ਨਾਲ ਨਾਲ ਹੀ ਅਸੀਂ ਅਵੇਅਰਨੈਸ ਦਾ ਕੈਂਪੇਨ ਵੀ ਸਟੇਟ ਲੈਵਲ 'ਤੇ ਸਾਡਾ ਚੱਲ ਰਿਹਾ ਹੈਗਾ, ਅਤੇ ਇਹ ਕੈਂਪੇਨ ਸਾਡਾ 1 ਮਹੀਨੇ ਤੱਕ ਚੱਲਦਾ ਰਹੂਗਾ। ਵੱਖੋ ਵੱਖਰੇ ਜ਼ਿਲ੍ਹਿਆਂ ਦੇ ਵਿੱਚ ਇੱਕ ਡੇਲੀ ਕੋਈ ਨਾ ਕੋਈ ਪ੍ਰੋਗਰਾਮ, ਸਪੋਰਟਸ ਦੇ ਇਵੈਂਟਸ ਚੱਲਦੇ ਰਹਿਣਗੇ, ਜਿਹਦੇ ਨਾਲ ਸਾਡੀ ਸਟੇਟ ਦਾ ਜਿਹੜਾ ਯੁਵਾ ਵਰਗ ਹੈ, ਯੂਥ ਵਰਗ ਹੈ, ਉਹ ਇਹਦੇ ਨਾਲ ਜੁੜੂਗਾ, ਅਤੇ ਅਸੀਂ ਯੁਵਾ ਵਰਗ ਨੂੰ ਅਪੀਲ ਕਰਦੇ ਹਾਂ ਕਿ ਉਹ ਸਾਡੇ ਨਾਲ ਜੁੜਨ। ਇਸ ਤੋਂ ਇਲਾਵਾ ਪੁਲਿਸ ਦੇ ਵਿੱਚ ਹਰ ਸਾਲ ਹੁਣ ਭਰਤੀਆਂ ਹੋ ਰਹੀ ਹੈ, ਅਤੇ ਅਸੀਂ ਉਹਨਾਂ ਨੂੰ ਅਪੀਲ ਕਰਦੇ ਹਾਂ ਕਿ ਇਹ ਭਰਤੀਆਂ ਲਈ ਵੀ ਤਿਆਰੀਆਂ ਕਰਨ, ਖੇਡਾਂ ਦੇ ਵਿੱਚ ਹੋਰ ਵੱਧ ਚੜ੍ਹ ਕੇ ਪਾਰਟੀਸੀਪੇਟ ਕਰਨ। ਅੱਜ ਹੁਸ਼ਿਆਰਪੁਰ ਵਿਖੇ ਪਹੁੰਚੇ DIG ਜਲੰਧਰ ਰੇਂਜ ਹਰਮਨਵੀਰ ਸਿੰਘ ਗਿੱਲ ਦਾ ਕਹਿਣਾ ਹੈ ਕਿ ਪੰਜਾਬ ਭਰ ਵਿੱਚ ਨਸ਼ਿਆਂ ਦੇ ਅੱਡੇ 'ਤੇ ਪੁਲਿਸ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ। ਇਸੇ ਤਹਿਤ ਹੁਸ਼ਿਆਰਪੁਰ ਜ਼ਿਲ੍ਹੇ ਦੇ ਨਸ਼ੇਲੇ ਬਦਨਾਮ ਜਗ੍ਹਾ 'ਤੇ ਵੀ ਛਾਪੇਮਾਰੀ ਕੀਤੀ ਗਈ। ਹੁਸ਼ਿਆਰਪੁਰ ਦੇ ਵਿੱਚ ਅੱਜ ਸਾਡਾ ਕਾਸੋ ਆਪਰੇਸ਼ਨ ਚੱਲ ਰਿਹਾ ਸੀਲ 4, ਉਹਦੇ ਵਿੱਚ ਜਿਹੜਾ ਹੈਗਾ ਜਿੰਨੇ ਵੀ ਹੌਟਸਪੌਟਸ ਹੈਗੇ ਇਸ ਡਿਸਟ੍ਰਿਕਟ ਦੇ ਵਿੱਚ, ਉਹ SSP ਹੁਸ਼ਿਆਰਪੁਰ,
ਸੁਰਿੰਦਰ ਲਾਂਬਾ ਜੀ, ਇਹਨਾਂ ਨੇ ਆਪਦੀ ਟੀਮ ਦੇ ਨਾਲ ਸਾਰੀ ਪਲੈਨਿੰਗ ਕਰਕੇ ਔਰ ਉਹ ਜਿਹੜੇ ਹੋਟਸਪੋਟਸ ਆ ਜਿੱਥੇ ਨਸ਼ੇ ਦਾ ਜ਼ਿਆਦਾ ਜਿਹੜਾ ਹੈਗਾ ਵਾ ਚੱਲ ਰਿਹਾ, ਜਿੱਥੇ ਜ਼ਿਆਦਾ ਵਿਕਦਾ ਔਰ ਜਿਹੜੇ ਪੁਆਇੰਟਸ ਆਫ ਸੇਲ ਹੈਗੇ ਆ ਜਿੱਥੇ ਛੋਟੀ ਮਾਤਰਾ 'ਚ ਵੀ ਜਾ ਕੇ ਬੱਚਿਆਂ ਦੇ ਹੱਥ ਦੇ ਉੱਤੇ ਜਿਹੜਾ ਹੈਗਾ ਵਾ ਬਿੱਟਾਂ ਟਾਈਪ ਜਾਂ ਛੋਟੀ ਮਾਤਰਾ 'ਚ ਵੀ ਬੱਚਿਆਂ ਨੂੰ ਜਾਂ ਜਿਹੜੇ ਯੰਗ ਆ ਸਾਡੀ ਜਨਰੇਸ਼ਨ ਉਹਨਾਂ ਨੂੰ ਚਿੱਟਾ ਦਿੱਤਾ ਜਾਂਦਾ, ਉਹ ਸਾਰੇ ਜਿਹੜੇ ਆ ਸਪੋਟਸ ਨੂੰ ਆਇਡੈਂਟੀਫਾਈ ਕਰਕੇ ਉਹਨਾਂ ਦਾ ਸਰਚ ਕੀਤੀ ਜਾ ਰਹੀ ਆ ਔਰ ਜਿਹੜੇ ਬਿੱਗ ਫਿਸ਼ ਸੀਗੇ ਜਿਹੜੇ ਨਸ਼ੇ ਦੇ ਸਮਗਲਰ ਸੀਗੇ ਉਹ ਜਿੰਨੀਆਂ ਵੀ ਇਹਨਾਂ ਦੀਆਂ ਲਿਸਟਾਂ ਸੀ ਕੋਈ 111-12 ਦੇ ਕਰੀਬ ਡਿਸਟ੍ਰਿਕਟ ਦੇ ਹੈਗੇ ਜਿਹਨਾਂ ਨੇ ਇਹਨਾਂ ਨੇ ਆਇਡੈਂਟੀਫਾਈ ਕੀਤੇ, ਜਿਹੜੇ ਸਜ਼ਾ ਜਾਪਦਾ ਵੀ ਨੇ ਔਰ ਜਿਹੜੇ ਹੁਣ ਜਿਹੜੇ ਹੈਗੇ ਆ ਉਹ ਜ਼ਮਾਨਤਾਂ 'ਤੇ ਬਾਹਰ ਆਏ ਆ, ਉਹਨਾਂ ਦੀਆਂ ਐਕਟੀਵਿਟੀਜ਼ ਨੂੰ ਠੱਲ ਪਾਉਣ ਲਈ ਉਹਨਾਂ ਨੂੰ ਭਜਾਉਣ ਵਾਸਤੇ ਤਾਂ ਕਿ ਉਹਨਾਂ ਦੇ ਪੈਰ ਨਾ ਲੱਗਣ, ਜੇ ਜੇਲ੍ਹਾਂ 'ਚੋਂ ਆ ਵੀ ਗਏ ਆ ਅਤੇ ਉਹਨਾਂ ਨੂੰ ਜਿਹੜਾ ਹੈਗਾ ਵਾ ਪੂਰਾ ਭਜਾਇਆ ਜਾਵੇ, ਉਹਨਾਂ ਨੂੰ ਬਿਲਕੁਲ ਬੈਠਣ ਨਾ ਦਿੱਤਾ ਜਾਵੇ ਤਾਂ ਕਿ ਉਹ ਟੇਕ ਕੇ ਬੈਠ ਕੇ ਇਸ ਧੰਦੇ ਨੂੰ ਫਿਰ ਅੰਜਾਮ ਨਾ ਦੇਣ, ਉਹਨਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਅਤੇ ਬਾਕੀ ਦੇ ਜਿੰਨੇ ਵੀ ਹੋਟਸਪੋਟਸ ਆ ਉੱਥੇ ਸਰਚ ਅਭਿਆਨ ਚੱਲ ਰਹੇ ਆ, 11 ਥਾਵਾਂ ਦੇ ਉੱਤੇ ਚੱਲ ਰਿਹਾ ਹੁਸ਼ਿਆਰਪੁਰ ਡਿਸਟ੍ਰਿਕਟ ਦੇ ਵਿੱਚ, SSP ਹੁਸ਼ਿਆਰਪੁਰ ਉਹਨੂੰ ਖੁਦ ਲੀਡ ਕਰ ਰਹੇ ਆ। ਮੈਂ ਇਹ ਸਾਰੇ ਓਪਰੇਸ਼ਨ ਨੂੰ ਇਹਨਾਂ ਦੀ ਜਿਹੜਾ ਚੱਲ ਰਿਹਾ ਉਹਨੂੰ ਸੁਪਰਵਾਈਜ਼ ਕਰਨ ਲਈ ਅੱਜ ਆਪ ਖੁਦ ਇੱਥੇ ਆਇਆ, ਲੋਕਾਂ ਨਾਲ ਮਿਲੇ ਹਾਂ, ਲੋਕਾਂ ਨਾਲ ਗੱਲਬਾਤ ਕੀਤੀ ਆ। ਜਿਹੜਾ ਘੰਟਾ ਘਰ ਹੁਸ਼ਿਆਰਪੁਰ ਦਾ ਏਰੀਆ ਹੈਗਾ ਜਿੱਥੇ 1 ਕਾਸੋ ਦਾ ਇਹ ਟਾਰਗੇਟ ਓਪਰੇਸ਼ਨ ਇੱਥੇ ਵੀ ਚੱਲ ਰਿਹਾ, ਉਹਨਾਂ ਨਾਲ ਗੱਲਬਾਤ ਕੀਤੀ ਆ, ਲੋਕਾਂ ਤੋਂ ਜਿਹੜੀ ਫੀਡਬੈਕ ਮਿਲੀ ਆ ਉਹਦੇ 'ਤੇ ਅਸੀਂ ਵਰਕਆਊਟ। ਸਰ ਸਾਲਾਂ ਤੋਂ ਦੇਖਦੇ ਆ ਰਹੇ ਹਾਂ ਵੀ ਜਿਸ ਏਰੀਏ ਦੇ ਵਿੱਚ ਅੱਜ ਤੁਸੀਂ ਹੁਣ ਘੁੰਮ ਕੇ ਆਏ ਹੋ ਇੱਥੇ ਨਸ਼ਾ ਤਸਕਰੀ ਵੱਡੇ ਪੱਧਰ 'ਤੇ ਹੋ ਰਹੀ ਆ ਔਰ ਅੱਜ ਤੁਸੀਂ ਕਾਸੋ ਦੇ ਚੱਲਦੇ ਇੱਥੇ ਪਹੁੰਚੋ, ਲੱਗਦਾ ਹੈ ਵੀ ਆਉਣ ਵਾਲੇ ਟਾਈਮ ਦੇ ਵਿੱਚ ਕੁਛ ਇੱਦਾਂ ਦੀ ਪਲੈਨਿੰਗ ਹੈਗੀ ਜਿਹੜਾ ਕਾਸੋ ਦਾ ਪ੍ਰਭਾਵ ਪਊ? SSP ਹੁਸ਼ਿਆਰਪੁਰ ਉਹਨਾਂ ਨੇ ਮੇਰੇ ਨਾਲ 3-4 ਦਿਨ ਤੋਂ ਪਹਿਲਾਂ ਸਾਡੀ ਮੀਟਿੰਗ ਵੀ ਹੋਈ ਸੀ, ਇਹਨਾਂ ਨੇ ਮੈਨੂੰ ਪੂਰਾ ਵਿਸ਼ਵਾਸ ਵੀ ਦਵਾਇਆ ਸੀਗਾ ਵੀ ਅਸੀਂ ਦੇਖੋ ਕਿਸੇ ਵੀ ਚੀਜ਼ ਦੀ, ਮੈਂ ਇਹ ਨਹੀਂ ਕਹਿੰਦਾ ਵੀ ਉਹ ਬਹੁਤ ਵੱਡੀ ਸਟੇਟਮੈਂਟ ਹੋ ਜੂਗੀ, ਜਿਵੇਂ ਮੈਂ ਇਹ ਕਹਿ ਦਾਂ ਤੁਹਾਡੇ ਵੀ ਅਸੀਂ ਇਹਨੂੰ ਜੜ੍ਹਾਂ ਤੋਂ ਪੜਦਾ ਜੀ, ਪਰ ਇਹਦੇ 'ਤੇ ਅਸੀਂ ਡੈਂਟ ਪਾਵਾਂਗੇ ਔਰ ਚੰਗਾ ਵੱਡਾ ਡੈਂਟ ਪਾਵਾਂਗੇ। ਸਾਡੇ ਸਾਰੇ ਅਫਸਰ ਸਾਰੇ ਸੀਰੀਅਸਲੀ ਫੋਕਸਡ ਹੋ ਕੇ ਇਸ ਪਿੱਛੇ ਲੱਗੇ ਹੋਏ ਆ। ਅੱਜ ਸਮਰਾਲਾ ਵਿੱਚ ਕਾਸੋ ਓਪਰੇਸ਼ਨ ਅਧੀਨ DIG ਧਨਪ੍ਰੀਤ ਕੌਰ ਦੀ ਅਗਵਾਈ ਵਿੱਚ ਸਮਰਾਲਾ ਹਲਕੇ ਦੇ ਵੱਖ-ਵੱਖ ਇਲਾਕਿਆਂ ਵਿੱਚ ਤਲਾਸ਼ੀ ਮੁਹਿੰਮ ਚਲਾਈ ਗਈ। ਇਸ ਮੌਕੇ 'ਤੇ ਜਿਨ੍ਹਾਂ 'ਤੇ ਪਰਚੇ ਹੋਏ ਹਨ ਉਹਨਾਂ ਦੇ ਘਰਾਂ ਦੀ ਤਲਾਸ਼ੀ ਲਈ ਗਈ। ਨਸ਼ਿਆਂ ਦੇ ਖਿਲਾਫ਼ ਇੱਕ ਕੋਡਨ ਐਂਡ ਸਰਚ ਓਪਰੇਸ਼ਨ ਐਸੇ ਕੁਛ ਗਿਣਤੀ ਦੇ ਪਿੰਡਾਂ ਵਿੱਚ ਕਰਵਾਇਆ ਜਾ ਰਿਹਾ ਹੈ ਜਿੱਥੇ ਕਿ ਸਾਡੇ ਰਿਕਾਰਡ ਦੇ ਮੁਤਾਬਿਕ ਨਸ਼ਿਆਂ ਦੇ ਵੱਧ ਕੇਸ ਦਰਜ ਹੋਏ ਹਨ। ਸੋ ਇਸ ਕੋਡਨ ਐਂਡ ਸਰਚ ਓਪਰੇਸ਼ਨ ਦੇ ਵਿੱਚ ਲੋਕਲ ਥਾਣਾ, ਹਲਕਾ ਅਫਸਰ ਅਤੇ SSP ਸਾਹਿਬ ਅਤੇ ਮੇਰੇ ਵੱਲੋਂ ਇਸ ਕੋਡਨ ਐਂਡ ਸਰਚ ਓਪਰੇਸ਼ਨ ਨੂੰ ਲੀਡ ਕੀਤਾ ਗਿਆ। ਇਹ ਕੋਡਨ ਐਂਡ ਸਰਚ ਓਪਰੇਸ਼ਨ ਪੂਰੇ ਜ਼ਿਲ੍ਹੇ ਦੇ ਵਿੱਚ ਪਿਛਲੇ 4-5 ਦਿਨਾਂ ਤੋਂ ਕਰਾਏ ਜਾ ਰਹੇ ਹਨ, ਜਿਹਦੇ ਵਿੱਚ ਸਾਡਾ ਮੁੱਖ ਮੰਤਵ ਇਹ ਹੈ ਕਿ ਜਿਹੜਾ ਕੋਈ ਖੁੱਲ੍ਹੇ ਨਸ਼ੇ ਵੇਚ ਰਹੇ ਹਨ ਜਾਂ ਸ਼ਰੇਆਮ ਹੀ ਜਿਹੜੀ ਆਪਾਂ ਨੂੰ ਕਈ ਵਾਰੀ ਸ਼ਿਕਾਇਤ ਆਉਂਦੀ ਹੈ ਜਾਂ ਇਤਲਾਹ ਆਉਂਦੀ ਹੈ, ਉਸ 'ਤੇ ਅਸੀਂ ਫੌਰੀ ਤੌਰ 'ਤੇ ਕਾਰਵਾਈ ਕਰਦੇ ਹੋਏ ਇਸ ਚੀਜ਼ ਨੂੰ ਉੱਥੇ ਦੇ ਉੱਥੇ ਹੀ ਖਤਮ ਕਰਨ ਦੀ ਕੋਸ਼ਿਸ਼ ਕਰ। ਜਿਹੜਾ ਨਸ਼ੇ ਦੇ ਖਿਲਾਫ਼ ਸਾਡੀ ਇੱਕ ਕੰਟੀਨਿਊ ਡਰਾਈਵ ਚੱਲ ਰਹੀ ਹੈ, ਉਹਦਾ ਇੱਕ ਬੜਾ ਇੰਪੋਰਟੈਂਟ ਆਸਪੈਕਟ ਹੈ ਜਿਹਦੇ 'ਚ ਅਸੀਂ ਜਿੰਨੇ ਵੀ ਸਾਡੇ NDPS ਕਮਰਸ਼ਲ ਕੁਆਂਟਿਟੀ ਦੇ ਕੇਸ ਹੁੰਦੇ ਆ ਉਹਦੇ 'ਚ ਸਾਨੂੰ ਡਾਇਰੈਕਸ਼ਨਸ ਦਿੱਤੀਆਂ ਗਈਆਂ ਕਿ ਸਾਰਿਆਂ 'ਚ ਅਸੀਂ ਇਹਨਾਂ ਦੀ ਜਿਹੜੀ ਮੂਵੇਬਲ ਜਾਂ ਇਮੂਵੇਬਲ ਪ੍ਰੋਪਰਟੀ ਹੁੰਦੀ ਹੈ ਜਿਹੜਾ ਅਕਿਊਜ਼ਡ ਹੁੰਦਾ ਹੈ ਡਰੱਗ ਪੈਡਲਰ ਜਾਂ ਡਰੱਗ ਸਮਗਲਰ, ਉਹਨਾਂ ਦੀ ਅਸੀਂ ਪ੍ਰੋਪਰਟੀ ਨੂੰ ਕੰਪੀਟੈਂਟ ਅਥੋਰਿਟੀ ਤੋਂ ਫਰੀਜ਼ ਕਰਾਉਣਾ ਹੈ ਸੋ ਦੈਟ ਜਿਹੜੀ ਵੀ ਉਹਨੇ ਡਰੱਗਸ ਦੀ ਇਨਕਮ ਤੋਂ ਇਹ ਆਪਣੀ
ਚੱਲ ਜਾਂ ਅਚਲ ਪ੍ਰੋਪਰਟੀ ਬਣਾਈ ਹੈਗੀ ਉਹਨੂੰ ਉਹ ਅੱਗੇ ਵੇਚ ਨਾ ਪਾਏ ਜਾਂ ਕਿਸੇ ਨੂੰ ਵੀ ਮਤਲਬ ਮੋਰਗੇਜ ਸੇਲ ਕੁਛ ਵੀ ਨਾ ਕਰ ਪਾਏ ਉਹਦੇ ਤਹਿਤ ਹੀ ਜਿਹੜੇ SHO ਸਮਰਾਲਾ ਹੈ ਉਹਨਾਂ ਨੇ ਦੋ ਇੱਦਾਂ ਦੇ ਕੇਸਿਸ ਰੀਸੈਂਟਲੀ NDPS ਦੇ ਫਰੀਜ਼ ਕਰਾਏ ਹੈ 68F NDPS ਪ੍ਰੋਪਰਟੀ ਫਰੀਜ਼ਰ ਜਿਹਦਾ ਤੁਸੀਂ ਪਿੱਛੇ ਦੇਖ ਰਹੇ ਹੋ ਅਸੀਂ ਅੱਜ ਇੱਕ ਪਬਲਿਕ ਨੋਟਿਸ ਲਾਇਆ ਇਹਨਾਂ ਦੇ ਰੈਵਨਿਊ ਰਿਕਾਰਡ ਤੋਂ ਸਾਨੂੰ ਇਹਨਾਂ ਦਾ ਜੋ ਵੀ ਪ੍ਰੋਪਰਟੀ ਸੀ ਅਸੀਂ ਦਿੱਲੀ ਦੀ ਕੰਪੀਟੈਂਟ ਅਥਾਰਟੀ ਨੂੰ ਭੇਜੀ ਉਹਨਾਂ ਨੇ ਪ੍ਰੋਪਰ ਇਹ ਕੇਸ ਐਗਜ਼ਾਮਿਨ ਕੀਤਾ ਅਤੇ ਉਹਦੇ 'ਚ ਇਹ ਪ੍ਰੂਫ ਹੋ ਗਿਆ ਕਿ ਜਿਹੜਾ ਇਹ ਬੰਦਾ ਹੈਗਾ ਸੁਖਪਾਲ ਸਿੰਘ ਵਾਸੀ ਗੁਰੂ ਨਾਨਕ ਰੋਡ ਸਮਰਾਲਾ ਇਹਨੇ 2021 'ਚ ਅਸੀਂ ਇੱਕ NDPS ਦਾ ਪਰਚਾ ਦਰਜ ਕੀਤਾ ਸੀ ਜਿਹਦੇ 'ਚ ਸਾਨੂੰ ਨਸ਼ੀਲੀ ਗੋਲੀਆਂ ਕਮਰਸ਼ੀਅਲ ਕੁਆਂਟਿਟੀ 'ਤੇ ਰਿਕਵਰ ਹੋਈਆਂ ਸੀ ਉਹਦੇ 'ਚ ਉਹਨੂੰ ਸਜ਼ਾ ਵੀ ਹੋਈ ਹੈ ਸੋ ਬੇਸਿਕਲੀ ਇਹਦੇ 'ਚ ਪ੍ਰੂਵ ਹੋ ਗਿਆ ਕਿ ਜਿਹੜੀ ਇਹਦੀ ਰੈਜ਼ੀਡੈਂਸ਼ੀਅਲ ਏਰੀਆ ਇਹਦੀ ਵੈਲਿਊ ਅਰਾਊਂਡ 29 ਲੱਖ ਤੋਂ ਉੱਪਰ ਆਈ ਹੈ ਹੁਣ ਸਾਨੂੰ ਆਰਡਰ ਮਿਲ ਗਿਆ ਕਿ SHO ਦੀ ਪਰਮਿਸ਼ਨ ਤੋਂ ਬਿਨਾਂ ਇਹ ਬਿਲਕੁਲ ਵੀ ਅੱਗੇ ਕਿਸੇ ਵੀ ਤਰ੍ਹਾਂ ਇਸ ਪ੍ਰੋਪਰਟੀ ਨੂੰ ਯੂਜ਼ ਨਹੀਂ ਕਰ ਪਾਉਣਗੇ ਨਾ ਵੇਚ ਪਾਉਣਗੇ ਜਾਂ ਅੱਗੇ ਕਿਸੇ ਵੀ ਗਿਰਵੀ ਨਹੀਂ ਰੱਖ ਸਕਦੇ ਕਪੂਰਥਲਾ ਜ਼ਿਲ੍ਹੇ ਵਿੱਚ ਵੀ ਕਾਸੋ ਆਪਰੇਸ਼ਨ ਦੀ ਅਗਵਾਈ ADGP ਸ਼ਿਵ ਕੁਮਾਰ ਵਰਮਾ ਵੱਲੋਂ ਕੀਤੀ ਗਈ ਉਹਨਾਂ ਦਾ ਕਹਿਣਾ ਹੈ ਕਿ ਜ਼ਿਲ੍ਹੇ ਅੰਦਰ 400 ਦੇ ਕਰੀਬ ਪੁਲਿਸ ਕਰਮਚਾਰੀਆਂ ਵੱਲੋਂ ਸਵੇਰੇ ਤੜਕਸਾਰ ਹੀ ਵੱਖ ਵੱਖ ਇਲਾਕਿਆਂ ਵਿੱਚ ਛਾਪੇਮਾਰੀ ਕੀਤੀ ਗਈ ਕੈਸੋ ਆਪਰੇਸ਼ਨ ਜਿਹੜਾ ਅੱਜ ਚੱਲ ਰਿਹਾ ਉਹਦੇ ਵਿੱਚ ਸਪੈਸ਼ਲੀ ਮੈਂ ਇੱਥੇ ਸੁਪਰਵਿਜ਼ਨ ਕਰਨ ਲਈ ਆਇਆ ਇੱਥੇ ਅੱਜ 11 ਹੌਟਸਪੋਟ ਪੂਰੇ ਕਪੂਰਥਲੇ ਜ਼ਿਲ੍ਹੇ ਦੇ ਵਿੱਚ ਜਿਹਦੇ ਵਿੱਚ ਅਸੀਂ ਆਲਮੋਸਟ 350 ਦੇ ਕਰੀਬ ਸਸਪੈਕਟਿਡ ਬੰਦਾ ਉਹ ਰਾਊਂਡ ਅਪ ਕਰਕੇ ਕੁਸ਼ਚਨਿੰਗ ਉਹਨਾਂ ਦੀ ਕਰ ਰਹੇ ਨੇ ਉਹਨਾਂ ਦੇ ਘਰ ਦੀਆਂ ਤਲਾਸ਼ੀਆਂ ਚੱਲ ਰਹੀਆਂ ਨੇ ਅਤੇ ਕਰੀਬ 400 ਦੀ ਫੋਰਸ ਲੱਗੀ ਹੋਈ ਹੈ ਅਤੇ ਇਹ ਆਪਰੇਸ਼ਨ ਅਰਲੀ ਮਾਰਨਿੰਗ ਤੋਂ ਸ਼ੁਰੂ ਹੋ ਕੇ ਅਤੇ ਪੂਰੇ ਦਿਨ ਚੱਲਣਾ ਕਿੰਨੀ ਕੁ ਰਿਕਵਰੀ ਪਿਛਲੇ ਦਿਨਾਂ 'ਚ ਹੋ ਚੁੱਕੀ ਹੈ ਜਾਂ ਕਿੰਨਾ ਕਿ ਇੰਪੋਰਟੈਂਟ ਮੰਨਦੇ ਹੋ ਵੀ ਇਹਦਾ ਕਿੰਨਾ ਇਫੈਕਟ ਪੈ ਰਿਹਾ ਜੀ ਜਿਹੜਾ ਕਾਸੋ ਆਪਰੇਸ਼ਨ ਚੱਲ ਰਿਹਾ ਕਾਸੋ ਆਪਰੇਸ਼ਨ ਬੜਾ ਇਫੈਕਟਿਵ ਹੈ ਬਾਕੀ ਜਿਹੜੀ ਰਿਕਵਰੀ ਪਹਿਲਾਂ ਹੋਈ ਹੈ ਉਹਦੀ ਡਿਟੇਲ ਤਾਂ ਤੁਹਾਨੂੰ SSP ਸਾਹਿਬ ਦੇ ਦੇਣਗੇ ਅੱਜ ਜਿਹੜੀ ਰਿਕਵਰੀ ਹੋਏਗੀ ਉਹਦਾ ਫਿਰ 2-3 ਵਜੇ ਤੋਂ ਬਾਅਦ ਹੀ ਤੁਹਾਨੂੰ ਪ੍ਰੋਪਰ ਪ੍ਰੈਸ ਨੋਟ ਦਿੱਤਾ ਜਾਏਗਾ ਪੁਲਿਸ ਵੱਲੋਂ ਚਲਾਏ ਗਏ ਕਾਰਡਨ ਐਂਡ ਸਰਚ ਆਪਰੇਸ਼ਨ ਤਹਿਤ ਅੱਜ ਮਾਨਸਾ ਵਿਖੇ DIG ਡਾਕਟਰ ਨਰਿੰਦਰ ਭਾਰਗਵ ਦੀ ਅਗਵਾਈ ਵਿੱਚ ਪੁਲਿਸ ਵੱਲੋਂ ਵੱਖ ਵੱਖ ਥਾਵਾਂ 'ਤੇ ਤਲਾਸ਼ੀ ਮੁਹਿੰਮ ਚਲਾਈ ਗਈ ਇਸ ਦੌਰਾਨ ਪੁਲਿਸ ਵੱਲੋਂ ਨਸ਼ੀਲੇ ਪਦਾਰਥ ਬਰਾਮਦ ਕਰਕੇ 15 ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਮਾਮਲੇ ਦਰਜ ਕੀਤੇ ਹਨ ਨਸ਼ਿਆਂ ਦੇ ਖਿਲਾਫ ਜਿਹੜੀ ਅੱਜ ਉਹਦੇ ਲੜੀ ਦੇ ਤਹਿਤ ਕਾਸੋ ਆਪਰੇਸ਼ਨ ਸਾਰੇ ਪੰਜਾਬ 'ਚ ਲਾਂਚ ਕੀਤੇ ਗਏ ਆ ਈਗਲ ਫੋਰ ਦੇ ਤਹਿਤ ਇਸੇ ਤਹਿਤ ਅੱਜ ਮੇਰੀ ਵੀ ਡਿਊਟੀ ਮਾਨਸਾ ਜ਼ਿਲ੍ਹੇ 'ਚ ਲੱਗੀ ਸੀਗੀ ਜਿੱਥੇ ਕਿ ਸਵੇਰੇ 8 ਵਜੇ ਤੋਂ ਲਗਾਤਾਰ ਕਾਸੋ ਆਪਰੇਸ਼ਨ ਜਾਰੀ ਨੇ ਇਸ ਦੌਰਾਨ ਹੁਣ ਤੱਕ 15 ਦੇ ਕਰੀਬ ਵਿਅਕਤੀ ਜਿਹੜੇ ਹੈਗੇ ਉਹ ਪਕੜੇ ਜਾ ਚੁੱਕੇ ਨੇ ਅਤੇ 15 FIRs ਵੀ ਦਰਜ ਹੋ ਚੁੱਕੀਆਂ ਨੇ ਅਤੇ ਲਗਾਤਾਰ ਇਹ ਈਗਲ 4 ਜਿਹੜਾ ਆਪਰੇਸ਼ਨ ਹੈ ਇਹ ਜਾਰੀ ਹੈ ਜਿੰਨੇ ਵੀ ਡਰੱਗ ਹੌਟਸਪੋਟਸ ਨੇ ਉਹਨਾਂ ਸਾਰਿਆਂ 'ਤੇ ਪੁਲਿਸ ਵੱਲੋਂ ਸਾਡੇ 2 SP ਸਾਹਿਬਾਨ 6 DSP ਅਤੇ ਤਕਰੀਬਨ 400 ਦੇ ਖਿਲਾਫ ਮੁਲਾਜ਼ਮ ਵੱਖਰੇ ਵੱਖਰੇ ਰੈਂਕ 'ਚ ਉਹ ਲਗਾਤਾਰ ਡਰੱਗ ਹੌਟਸਪੋਟਸ 'ਤੇ ਜਿਹੜੇ ਪੁਰਾਣੇ ਪੈਡਲਰ ਸਮਗਲਰ ਡਰੱਗਸ ਦੇ ਹੈਗੇ ਉਹਨਾਂ 'ਤੇ ਲਗਾਤਾਰ ਸਰਚ ਆਪਰੇਸ਼ਨ ਸਾਡਾ ਜਾਰੀ ਹੈ ਮਾੜੇ ਅਨਸਰਾਂ ਨੂੰ ਠੱਲ ਪਾਉਣ ਦੇ ਲਈ ਪੁਲਿਸ ਵੱਲੋਂ ਚਲਾਏ ਜਾ ਰਹੇ ਕਾਸੋ ਆਪਰੇਸ਼ਨ ਤਹਿਤ ਕਾਰਵਾਈ ਕਰਦਿਆਂ ਥਾਣਾ ਤਲਵੰਡੀ ਭਾਈ ਦੀ ਪੁਲਿਸ ਵੱਲੋਂ 1 ਵਿਅਕਤੀ ਨੂੰ 6 ਚੋਰੀਸ਼ੁਦਾ ਮੋਟਰਸਾਈਕਲਾਂ ਸਮੇਤ ਕਾਬੂ ਕਰਨ ਦਾ ਦਾਅਵਾ ਕੀਤਾ ਹੈ ਇਸ ਮੌਕੇ 'ਤੇ ਰਣਧੀਰ ਕੁਮਾਰ ਦਾ ਕਹਿਣਾ ਹੈ ਕਿ ਥਾਣਾ ਤਲਵੰਡੀ ਭਾਈ ਪੁਲਿਸ ਵੱਲੋਂ 1 ਵਿਅਕਤੀ ਨੂੰ ਕਾਬੂ ਕਰਕੇ ਉਸਦੇ ਘਰੋਂ ਤਲਾਸ਼ੀ ਲਈ ਤਾਂ 6 ਚੋਰੀ ਦੇ ਮੋਟਰਸਾਈਕਲ ਬਰਾਮਦ ਹੋਏ ਹਨ ਮਾਨਯੋਗ SSP ਫਿਰੋਜ਼ਪੁਰ ਮਿਸ ਸੋਮਿਆ ਮਿਸਰਾ ਜੀ ਵੱਲੋਂ ਨਿਰਦੇਸ਼ ਸੀਗੇ ਕਿ ਜਿਹੜੀ ਚੋਰੀ ਦੀ ਘਟਨਾ ਹੋ ਰਹੀ ਹੈ
ਉਹਨੂੰ ਰੋਕਣ ਲਈ ਇੱਕ ਵਿਸ਼ੇਸ਼ ਟੀਮ ਦਾ ਗਠਨ ਕੀਤਾ ਜਾਵੇ ਅਤੇ DSP DC ਬਲਕਾਰ ਜੀ ਅਤੇ DSP CAWC ਪ੍ਰਦੀਪ ਜੀ ਦੇ ਰਹਿਨੁਮਾਈ ਹੇਠ ਇੱਕ ਸਪੈਸ਼ਲ ਟੀਮ ਦਾ ਗਠਨ SHO ਤਲਵੰਡੀ ਭਾਈ ਜੀ ਦੇ ਲੀਡਰਸ਼ਿਪ ਵਿੱਚ ਹੋਇਆ ਸੀ। ਆਹ ਟੀਮ ਨੂੰ ਇੱਕ ਵੱਡੀ ਸਫਲਤਾ ਹਾਸਿਲ ਹੋਈ ਹੈ ਜਦ 6 ਮੋਟਰਸਾਈਕਲ ਚੋਰੀ ਕਰਨ ਵਾਲਾ ਚੋਰ ਗੁਰਸੇਵਕ ਦੀ ਗ੍ਰਿਫਤਾਰੀ ਹੋਈ, ਨਾਲ ਦੇ ਨਾਲ ਜਿਹੜੀ 6 ਮੋਟਰਸਾਈਕਲ ਹੈ ਉਹ ਵੀ ਬਰਾਮਦ ਹੋਈ ਹੈ। ਪੁੱਛਗਿੱਛ ਵਿੱਚ ਇਹਨੇ ਮੰਨਿਆ ਹੈ ਕਿ ਇਹ ਮੋਟਰਸਾਈਕਲ ਹੈ ਮੋਗਾ, ਫਰੀਦਕੋਟ ਅਤੇ ਫਿਰੋਜ਼ਪੁਰ ਜ਼ਿਲ੍ਹਾ ਤੋਂ ਵੱਖ ਵੱਖ ਥਾਵਾਂ ਤੋਂ ਇਹ ਚੋਰੀ ਕਰਕੇ ਲਾਇਆ ਸੀ। ਮੋਟਰਸਾਈਕਲ ਦੇ ਚੇਸਿਸ ਨੰਬਰ ਅਤੇ ਇੰਜਨ ਨੰਬਰ ਦਾ ਯੂਜ ਕਰਦੇ ਹੋਏ ਮਾਲਕੋ ਦੀ ਪਛਾਣ ਕੀਤੀ ਗਈ ਹੈ ਅਤੇ ਉਹਨਾਂ ਨਾਲ ਵੀ ਰਾਬਤਾ ਕਰਕੇ ਉਹਨੂੰ ਜਿਹੜੀ ਹੈਗੀ ਮੋਟਰਸਾਈਕਲ ਉਹ ਐਜ ਪਰ ਲੋ ਉਹਨੂੰ ਸੌਂਪੀ ਜਾਊਗੀ। ਅੱਗੇ ਵੀ ਇਸ ਪ੍ਰਕਾਰ ਦੀ ਜਿਹੜੀ ਕਾਰਵਾਈ ਹੈ ਚੋਰਾਂ ਅਤੇ ਲੁੱਟਖੋਆ ਕਰਨ ਵਾਲੇ ਗਿਰੋਹਾਂ ਦੇ ਖਿਲਾਫ ਜਾਰੀ ਰਹੇਗੀ। ਇਸੇ ਤਰ੍ਹਾਂ ਕਾਸੋ ਆਪਰੇਸ਼ਨ ਦੌਰਾਨ ਨਾਭਾ ਦੇ DSP ਦਵਿੰਦਰ ਅਤਰੀ ਦੀ ਅਗਵਾਈ ਵਿੱਚ ਨਾਭਾ ਦੇ ਪਿੰਡ ਰੋਟੀ ਛੰਨਾ ਅਤੇ ਮੰਡੌੜ ਵਿਖੇ ਨਸ਼ਾ ਤਸਕਰਾਂ ਦੇ 24 ਘਰਾਂ ਦੀ ਤਲਾਸ਼ੀ ਲਈ ਗਈ। ਇਸ ਮੌਕੇ ਤੇ ਬਹੁਤ ਸਾਰੇ ਨਸ਼ਾ ਤਸਕਰ ਜਿੰਦਰਾ ਲਗਾ ਕੇ ਰਫੂ ਚੱਕਰ ਹੋ ਗਏ। ਇਸ ਮੌਕੇ ਤੇ ਪੁਲਿਸ ਵੱਲੋਂ ਨਸ਼ਾ ਤਸਕਰਾਂ ਦੇ ਘਰ ਖੜੇ ਮੋਟਰਸਾਈਕਲਾਂ ਨੂੰ ਵੀ ਜ਼ਬਤ ਕੀਤਾ ਗਿਆ। ਤੁਹਾਨੂੰ ਪਤਾ ਹੀ ਆ ਵੀ ਮਾਨਯੋਗ DGP ਸਾਹਿਬ ਅਤੇ ਵਰੁਣ ਸ਼ਰਮਾ IPS SAP ਪਟਿਆਲਾ ਵੱਲੋਂ ਉਹਨਾਂ ਦੇ ਦਿਸ਼ਾ ਨਿਰਦੇਸ਼ ਅੱਜ ਵੀ ਆਪਾਂ ਜਿਹੜਾ ਕਾਸ ਆਪਰੇਸ਼ਨ ਕੀਤਾ ਗਿਆ ਸਾਡੀ ਨਵਾਂ ਵਿੱਚ, ਜਿਹਦੇ ਵਿੱਚ ਅਸੀਂ ਪਹਿਲਾਂ ਪਿੰਡ ਜਿਹੜਾ ਮੰਡੌਰ ਅਤੇ ਬਾਅਦ ਵਿੱਚ ਰੋਟੀ ਜਿਹੜਾ ਪਿੰਡ ਵਿੱਚ ਆ ਸਾਰੀ ਸਾਬਡਿਨ ਦੀ ਸਮੇਤ ਫੋਰਸ SP ਹੈੱਡਕੁਆਰਟਰ ਸਾਹਿਬ ਵੀ ਇੱਥੇ ਆਏ ਹੋਏ ਨੇ। ਉਹਨੇ ਹਦਾਇਤ ਮੁਤਾਬਕ ਅਸੀਂ ਜਿਹੜੇ ਮਾੜੇ ਬੰਦੇ ਨੇ ਜਾਂ ਸਮਗਲਰ ਨੇ ਜਾਂ ਪੈਡਲਰ ਨੇ ਜੋ ਵੇਚਦੇ ਨਸ਼ਾ ਵੇਚਦੇ ਹਾਂ ਉਹਨਾਂ ਦੇ ਘਰਾਂ ਦੇ ਸਵੇਰ ਤੋਂ ਅਸੀਂ ਤਲਾਸ਼ੀਆਂ ਲੈ ਰਹੇ ਹਾਂ। ਤਕਰੀਬਨ ਅਸੀਂ 12 ਬੰਦੇ ਦੇ ਕਰੀਬ ਜਿਹੜਾ ਹੈਗਾ ਇਹ ਰਾਊਂਡ ਅਪ ਕੀਤੇ ਹਾਂ। 2 ਤੋਂ ਸ਼ਾਇਦ ਰਿਕਵਰੀ ਵੀ ਹੋਈ ਆ ਅਤੇ ਬਾਕੀ 5 ਮੋਟਰਸਾਈਕਲ ਅਸੀਂ ਰਾਊਂਡ ਅਪ ਕੀਤੇ ਹਾਂ ਜੋ ਸ਼ੱਕੀ ਹਾਲਤ ਵਿੱਚ ਨੇ ਜਾਂ ਉਹਨਾਂ ਦਾ ਪ੍ਰੋਪਰ ਕੋਈ ਡਾਕੂਮੈਂਟ ਨਹੀਂ ਹੈ। ਅਤੇ 2 ਅਸੀਂ ਐਕਸਾਈਜ਼ ਦੇ ਜੋ ਇੱਕ ਚਾਲੂ ਭੱਠੀ ਇੱਦਾਂ ਦੱਸ ਰਹੇ ਹਾਂ, 2 ਐਕਸਾਈਜ਼ ਦੇ ਵੀ ਆਪਾਂ ਜਿਹੜੇ ਅਸੀਂ ਕੇਸ ਟ੍ਰੇਸ ਕੀਤੇ ਹਾਂ। ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ TV ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈੱਲ ਆਈਕਨ 'ਤੇ ਕਲਿੱਕ ਕਰੋ।